32 करोड़ ਦਾ, ਕੋਈ 11 ਕਰੋੜ ਦਾ, ਕੋਈ 6 ਕਰੋੜ ਦਾ, ਇੰਨੇ ਮਹਿੰਗੇ ਮਹਿੰਗੇ ਵੀ ਹੁੰਦੇ ਆ ਯਾਰ। ਤੈਨੂੰ ਸੱਚੀ ਗੱਲ ਦੱਸਾਂ, ਹਾਂ ਮੇਰੇ ਕੰਮ ਤੇ ਅਸਰ ਪਊਗਾ ਇਹ ਗੱਲ ਦਾ, ਅੱਛਾ ਸੱਚੀ ਪਊਗਾ। ਪਰ ਜਿਹੜੀ ਗੱਲ ਸੱਚੀ ਆ, ਅੱਜ ਕਿਹੜਾ ਆਪਾਂ ਪੈਸੇ ਲਏ ਆ ਕਿਸੇ ਤੋਂ, ਅੱਜ ਆਪਾਂ ਆਪੇ ਬੈਠੇ ਆ, ਆਪਦਾ ਪਰਿਵਾਰ ਬੈਠੇ ਆ, ਪਰ ਸੱਚੀ ਗੱਲ ਦੱਸਣੀ ਬੜੀ ਜ਼ਰੂਰੀ ਆ। ਘੋੜਿਆਂ ਵਾਲੇ ਫੋਕਰੇ ਵਾਲੇ ਆ, ਅੱਛਾ ਘੋੜੇ ਘੋੜਿਆਂ ਵਾਲੇ ਝੂਠੇ ਵੀ ਬਹੁਤ ਆ, ਝੂੜੀ ਮਰੀ ਜਾਂਦੇ ਆ, ਝੂਠੇ ਵੀ ਬਹੁਤ ਆ ਤੇ ਫੋਕਰੇ ਵੀ ਬਹੁਤ ਆ। ਅੱਛਾ ਇਹ ਇਹਨਾਂ ਨੂੰ ਲੱਗਦਾ ਵੀ ਅਸੀਂ 5 ਕਰੋੜ ਦਾ ਕਹਾਂਗੇ ਨਾ, ਸਾਡੀ ਰਿਸ਼ਤੇਦਾਰਾਂ ਚ ਯਾਰਾਂ ਚ ਠੁੱਕ ਬਣ ਜੂ, ਠੁੱਕ ਬਣ ਜੂ, ਸਹੀ ਗੱਲ। ਉਹ ਤੇ ਨੰਬਰ 2 ਤੇ ਇਹ ਹੋਰ ਗੇਮ ਚ ਫਿਰਦੇ ਰਹਿੰਦੇ ਆ ਕੁਛ ਲੋਕ ਤਾਂ ਕਰੋੜਾਂ ਦੀ ਗੱਲ ਕਰਕੇ, ਬਈ ਬਈ ਸਾਡੀ ਚੜਾਈ ਤਾਂ ਬਣੋ ਹੀ ਬਣੋ, ਪਤਾ ਨੀ ਇਹਦੇ ਨਾਲ ਸਾਡਾ ਘੋੜਿਆਂ ਦਾ ਵਪਾਰ ਪਤਾ ਨੀ ਕਿੰਨਾ ਕੁ ਖੁੱਲ ਜੂ। ਉਹਦੇ ਨਾਲ ਨੁਕਸਾਨ ਪਤਾ ਕੀ ਹੁੰਦਾ, ਇੱਕ ਤਾਂ ਯਾਰ ਕਿਸੇ ਦਾ ਧੀ ਪੁੱਤ ਹੁਣ ਤੇਰੇ ਵਰਗਾ ਜਵਾਕ ਆ, ਹੁਣ ਤੂੰ ਘੋੜਾ ਨੀ ਰੱਖਿਆ, ਤੇਰੇ ਦਿਮਾਗ ਜੇ ਚ ਵੀ ਇਹ ਗੱਲ ਜਾਣੀ ਆ, ਜੇ ਹੁਣ ਮੰਨ ਲਓ ਮੈਂ ਤੇਰੇ ਕੋਲੇ ਪਾਡੀ ਮਰੀ ਆਵਾਂ ਵੀ ਆਪਣਾ ਪਿਛੌਰਾ ਫਿਰਦਾ, ਇਹਦਾ ਪੁੱਤ ਆਪਾਂ ਨੂੰ 70 ਲੱਖ ਮਿਲਦਾ ਸੀ, ਮਤਲਬ ਮੈਂ ਤੇਰੇ ਕੋਲੇ ਪਾਡੀ ਮਾਰੀ ਆਵਾਂ, ਪਾਡੀ ਮਾਰ, ਹਨਾ ਤੂੰ ਵੀ ਸੋਚੇਗਾ ਬਈ ਯਾਰ ਚਾਚੇ ਦੀ ਟੈਰੀ ਜੀ ਘੋੜੀ ਆ, ਹਨਾ ਬਈ ਯਾਰ ਇਹਨਾਂ ਨੇ 50-60 ਹਜ਼ਾਰ ਦੀ 70 ਦੀ ਲਈ ਸੀ, ਲਈ ਹੋਣੀ ਆ ਹਨਾ, ਤੇ ਬਈ ਇਹ ਯਾਰ ਘੋੜਾ ਪੈਦਾ ਕਰ ਗਈ 70 ਲੱਖ ਦਾ, ਤੇਰੇ ਦਿਮਾਗ ਚ ਆਈ ਆਊਗੀ, ਆਉਂਦੂਗੀ ਆ, ਤੇ ਤੂੰ ਕੀ ਕਰਨਾ ਯਾਰ, ਤੂੰ ਵੀ ਆਪਦੇ ਬਾਪੂ ਦੇ ਗਲ ਚ ਅੰਗੂਠਾ ਦੇ ਦੇਣਾ ਬਈ ਮੈਨੂੰ ਤਾਂ ਆਪ 3-4 ਲੱਖ ਦੀ ਘੋੜੀ ਦਵਾ, ਮੁੜ ਕੇ ਤੂੰ ਕੀ ਕਰਨਾ, ਤੂੰ ਵੀ ਇਹ ਹੁੱਬ ਚ ਤੁਰਿਆ ਫਿਰਨਾ, ਪਿੰਡ ਚ ਮਾਰੀ ਜਾਣੀਆਂ ਤੂੰ ਟਾਰਾਂ, ਆਪਣੀ ਘੋੜੀ ਸੌਣ ਵਾਲੀ ਆ, ਮਾਲਕ ਧਿਆਨ ਰੱਖੇ ਰੁਪਈਆ 35-40 ਲੱਖ ਦਾ ਤਾਂ ਆਪਾਂ ਨੂੰ ਬੱਚਾ ਦੇ ਹੀ ਦੇਣਾ, ਦੇ ਹੀ ਦੇਣਾ। ਉਦੋਂ ਬਾਅਦ ਉਹਨੇ ਸੂਣਾ, ਹਾਂ ਸੂਣਾ, ਜਦੋਂ ਤੈਨੂੰ ਬਾਈ ਨਗਦ ਪੈਸੇ ਕਹਿਣੇ ਆ ਨਾ ਕਿਸੇ ਨੇ, ਤੇਰਾ ਦਿਮਾਗ ਹਿੱਲਣਾ, ਤੂੰ ਮੰਗਣਾ 50 ਲੱਖ, ਤੈਨੂੰ ਆ ਕੇ ਅਗਲੇ ਨੇ ਕਹਿਣਾ 70 ਹਜ਼ਾਰ ਦਾ ਦੇਣਾ, ਉਦੋਂ ਫਿਰ ਬੰਦਾ ਪਤਾ ਕੀ ਕਰਦਾ, ਉਦੋਂ ਇਹ ਕੀ ਕਰਦੇ ਆ, ਇਹ ਫਿਰ ਕੀ ਕਰਦੇ ਆ, ਇਹ ਪੜਦੇ ਨਾ ਵੇਚਦੇ ਲੱਖ ਦਾ ਹੀ ਆ, ਅੱਛਾ ਫੇਸਬੁੱਕ ਤੇ ਲਿਖ ਕੇ ਪਾਉਂਦੇ ਆ ਬਿਗ ਡੀਲ ਕੋਂਗਰੈਚੁਲੇਸ਼ਨ ਬਿਗ ਡੀਲ, ਥੱਲੇ ਕਮੈਂਟਾਂ ਚ ਆਪ ਹੀ ਲਿਖ ਦਿੰਦੇ ਆ 70 ਲੱਖ 65 ਲੱਖ, ਕੋਈ ਫਿਰ ਵੀ ਮੈਨੂੰ ਸ਼ੱਕ ਪੈਂਦੀ ਆ 62 ਲੱਖ ਦਾ ਹੋਇਆ, ਅੱਛਾ ਮਤਲਬ ਯਾਰ ਰੌਲਾ ਕੀ ਆ ਕਿ ਯਾਰ ਮਤਲਬ ਲੋਕ ਨਾ ਝੂਠ ਬਹੁਤ ਮਾਰਦੇ ਆ, ਪਰ ਮੈਂ ਤੈਨੂੰ ਇੱਕ ਗੱਲ ਦੱਸਦਾ ਵੀ ਕੋਈ ਹੁੰਦਾ ਬਿਰਲਾ, ਕੋਈ ਨਾ ਬਿਰਲਾ ਹੁੰਦਾ ਪੁੱਤ, ਜਿੱਥੇ ਅਮੀਰਾਂ ਲੋਕਾਂ ਦੀ ਅੜੀ ਹੋ ਗਈ, ਅੱਛਾ ਉਹ ਹੁੰਦੀ ਆ ਹਜ਼ਾਰਾਂ ਚੋਂ ਇੱਕ ਅੱਧੀ, ਇੱਕ ਦੇ ਨਾਲ ਹਜ਼ਾਰਾਂ ਲੱਖਾਂ ਚੋਂ ਇੱਕ ਅੱਧੀ ਧਾਰਨ, ਮੈਂ ਕਹਿੰਦਾ ਯਾਰ ਮੈਂ ਸੱਚੀ ਜਿਵੇਂ ਆਪਣੀ ਪੈਲੀ ਤੇ ਵੀ ਹੋ ਜਾਂਦੀ ਆ ਕਦੇ ਕਦੇ, ਯਾਰ ਤੂੰ ਬਾਹਲੀ ਵਧੀਆ ਗੱਲ ਫੜੀ, ਜਿਵੇਂ ਹੁਣ ਆਪਣੀ ਪੰਚਾਇਤੀ ਪੈਲੀ ਠੇਕੇ ਤੇ ਲੱਗਦੀ ਆ, ਹਰੇਕ ਤਾਂ ਨੀ 5-4 ਲੱਖ ਨੂੰ ਕਿੱਲਾ ਠੇਕੇ ਤੇ ਲੱਗਦਾ, ਨਹੀਂ ਲੱਗਦਾ, ਪਰ ਤੈਨੂੰ ਮੈਂ ਕੁਛ ਉਦਾਹਰਨਾਂ ਇਹੋ ਜਿਹੀਆਂ ਦਿਖਾ ਦਿੰਦਾ ਵੀ ਜਿੱਥੇ ਠੇਕੇ ਤੇ ਕਿੱਲਾ 3 ਲੱਖ ਨੂੰ ਵੀ ਲੱਗਿਆ ਹੋਵੇ, ਅੱਛਾ ਸਾਡੇ ਪਿੰਡ ਵੀ ਵੱਧ ਗਈ ਸੀ 3-3 ਲੱਖ ਨੂੰ ਵੀ ਠੇਕੇ ਤੇ ਲੱਗਿਆ, ਹੁਣ 3 ਲੱਖ ਰੁਪਈਏ ਨੂੰ ਠੇਕੇ ਤੇ ਕਿੱਲਾ ਲੱਗਿਆ, ਸਾਰੇ ਪੰਜਾਬ ਚ ਤਾਂ ਨੀ ਲੱਗਿਆ, ਉਹ ਇੱਕ ਅੱਧਾ ਹੀ ਲੱਗਿਆ, ਇੱਕ ਅੱਧਾ ਹੀ ਲੱਗਿਆ, ਉਵੇਂ ਹੀ ਬਾਈ ਚਾਂਸ ਕਿਸੇ ਅਮੀਰ ਦੀ ਅੜੀ ਹੋ ਜੇ, ਅਮੀਰ ਦੀ ਅੜੀ ਹੋ ਗਈ ਤੇ ਉਹ ਕਹਿ ਦੇ ਵੀ ਆਪਣਾ ਤਾਂ ਵੀ ਆਹ ਕਰੋੜਾਂ ਚ ਗੇਮ, ਬਈ ਜਦੋਂ 2 ਬੰਦਿਆਂ ਦੀ ਅੜੀ ਹੋ ਜੇ ਵੀ ਲੜ ਪੈਣ ਵੀ ਹਾਂ ਤਾਂ ਲੈ ਕੇ ਹੀ ਜਾਣੀ, ਜਾਂ ਅਮੀਰ ਦੀ ਅੜੀ ਕਿਸੇ ਵੇਚਣ ਵਾਲੇ ਨਾਲ ਹੋ ਜਾਵੇ ਵੀ ਮਾਤਾ ਜੀ ਲੈਣਾ ਹੀ ਲੈਣਾ ਤੇ ਮੇਰੇ ਵਰਗਾ ਕਵੇ ਮੈਂ ਦੇਣਾ ਨੀ, ਤਾਂ ਉੱਥੇ ਅਗਲਾ ਪੈਸਿਆਂ ਨਾਲ ਮੂਹਰਲੇ ਬੰਦੇ ਨੂੰ ਅੜੀ ਚ ਖਰੀਦ ਲੇ, ਘੋੜਾ ਨਾ ਖਰੀਦੇ ਅਗਲੇ ਦੀ ਅੜੀ ਖਰੀਦ ਲੇ, ਅੜੀ ਖਰੀਦੇ, ਅੜੀ ਖਰੀਦੀ ਹੋਊਗੀ, ਠੀਕ ਆ ਨਾ, ਉਹ ਅੜੀ ਖਰੀਦਣ ਹੁੰਦਾ ਉਹ ਹੁੰਦਾ ਹਜ਼ਾਰਾਂ ਚੋਂ ਇੱਕ ਅੱਧਾ ਚਾਂਸ, ਜਿਹੜਾ ਮੈਂ ਕਹਿੰਦਾ ਯਾਰ ਮੈਂ ਤੈਨੂੰ ਇਹ ਵੀਡੀਓ ਰਾਹੀਂ ਮੈਂ ਚੈਲੰਜ ਕਰਦਾ ਵੀ ਜਿਹੜਾ ਬੰਦਾ ਕਹਿੰਦਾ ਵੀ ਮੈਂ ਘੋੜਿਆਂ ਚੋਂ ਕਰੋੜਾਂ ਰੁਪਈਆ ਕਮਾਉਣਾ, ਜਿਹੜਾ ਵੀ ਬੰਦਾ ਯਾਰ ਏ ਬੀ ਸੀ ਮੈਂ ਮਤਲਬ ਨਾ ਲੈ ਤੇ ਤਾਂ ਫਿਰ ਗਲਤ ਹੋ ਜੂਗਾ ਕੰਮ, ਪਰ ਮੈਂ ਕਹਿੰਦਾ ਵੀ ਜਿਹੜਾ ਬੰਦਾ ਕਹਿੰਦਾ ਨਾ ਵੀ ਮੈਨੂੰ ਕਰੋੜਾਂ ਦੀ ਬਚਤ ਆ ਘੋੜਿਆਂ ਚੋਂ, ਮੈਂ ਬਹਾਉਣਾ ਕੈਮਰੇ ਤੇ ਉਹਨੂੰ ਆਪਦੇ ਤੇ, ਅੱਛਾ ਮੈਂ ਕਰਦਾ ਉਹਦੇ ਨਾਲ ਫਾਰਮ ਦਾ ਉਹਦੇ ਦਾ ਹਿਸਾਬ ਬਈ ਤੂੰ ਕਿੰਨੇ ਪੈਦਾ ਹੋਏ, ਕਿੰਨੇ ਤੇਰੇ ਮਰੇ, ਕਿੰਨਿਆਂ ਦੀ ਖੁਰਾਕ ਪਈ, ਕਿੰਨੇ ਸਾਂਭੇ, ਕਿੰਨੇ ਦੇ ਖਰੀਦੇ, ਤੇ ਮੈਂ ਉਹਦੇ ਨਾਲ ਕਰਦਾ ਹਿਸਾਬ, ਜੇ ਉਹ ਬੰਦਾ ਉਹੀ ਬੰਦਾ ਜਿਹੜਾ ਮਤਲਬ ਗੱਲਾਂ ਕਰਦਾ ਵੀ ਕਰੋੜਾਂ ਚ, ਉਹ ਬੰਦਾ ਮੈਨੂੰ ਸਾਲ ਦੀ 10 ਲੱਖ ਰੁਪਈਆ ਸਾਰੇ ਘੋੜਿਆਂ ਚੋਂ ਬਚਤ ਦਿਖਾ ਦੇਵੇ, ਅੱਛਾ ਤਾਂ ਮੈਂ ਉਹ ਤਕੜਾ ਬਣ, ਤਕੜਾ ਮੈਂ ਜਾਂ ਬਸ ਜਾਂ ਬਸ ਮੇਨ ਮੁੱਦਾ ਵੀ ਜੇ ਜਿਵੇਂ ਤੁਸੀਂ ਆਪਾਂ
ਆਮ ਕਰਦੇ ਕਹਿੰਦੇ ਹੁੰਦੇ ਆ ਵੀ ਸੌਂ ਹੀ ਖਾਲੇ ਆਪਦੇ ਜਵਾਕ ਦੀ ਜਾਂ ਕਿਸੇ ਹੋਰ ਦੀ। ਯਾਰ ਮੈਂ ਕਹਿੰਦਾ ਮੈਂ ਹਿਸਾਬ ਹੀ ਕਰੂੰਗਾ, ਮੈਂ ਸੀਏ ਬਣ ਕੇ ਬੈਠੂੰਗਾ। ਹਾਂ ਮੈਂ ਉਹਦੇ ਨਾਲ ਹਿਸਾਬ ਕਰੂੰ। ਠੀਕ, ਰਿਕੁਐਸਟ ਕਰਦਾ ਕਿਸੇ ਨੂੰ ਵੀ ਇਹਨੂੰ ਬੁਲਾਉਣ ਦੀ ਲੋੜ ਨਹੀਂ। ਪਹਿਲਾਂ ਤੁਹਾਡੇ ਘਰਾਂ 'ਚ ਵੜਦਾ, ਘਰ ਦਾ ਭੇਤੀ ਆ ਇਹ ਬੰਦਾ। ਤੁਹਾਡੇ ਪਹਿਲਾਂ ਘਰਾਂ 'ਚ ਵੜਦਾ, ਘਰ 'ਚ ਵੜ ਕੇ ਭੇਤ ਲੈਂਦਾ ਕਿੰਨੇ ਦਾ ਘੋੜਾ ਤੇ ਕਿੰਨੇ ਦਾ ਵਿਕਦਾ, ਕਿੰਨੇ ਬੰਦੇ ਕੰਮ ਕਰਦੇ ਆ। ਫਿਰ ਮੈਨੂੰ ਇਹਦੇ 'ਤੇ ਇਹ ਸ਼ੱਕ ਆ ਵੀ ਇਹੀ ਫਿਰ ਅੱਗੇ ਗੈਂਗਸਟਰਾਂ ਨੂੰ ਦੱਸਦਾ ਵੀ ਇਹਦੇ ਕੋਲ ਇੰਨੇ ਪੈਸੇ, ਇਹਨੂੰ ਫੋਨ ਕਰੋ, ਕਿਉਂਕਿ ਇਹ ਅਪਮਾਨਦਾ ਇਹ ਗੱਲ। ਇਸ ਵਾਸਤੇ ਇਹਨੂੰ ਕੋਈ ਵੀ ਆਪਦੇ ਕਿਸੇ ਕਿੱਤੇ 'ਚ ਕਿਸੇ ਕੰਮ 'ਚ ਇਹਨੂੰ ਘਰੇ ਨਾ ਬੁਲਾਵੇ। ਘਰ ਦਾ ਭੇਤ ਫਿਰ ਇਹ ਬਾਹਰ ਦਿੰਦਾ ਜਿਵੇਂ ਇਹਨੇ ਆਹ ਦਿੱਤਾ ਇੱਥੇ। ਪਰ ਉਹ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਬਾਕੀ ਜਿੰਨਾ ਕੁਛ ਵੀ ਇਹਨੇ ਕਿਹਾ ਸੀ ਸੁਖਜਿੰਦਰ ਨੇ, ਆਪਾਂ ਨੂੰ ਸਾਰਿਆਂ ਨੂੰ ਇੱਕ ਹੱਥ ਰੱਖ ਕੇ ਕਿਹਾ ਸੀ, ਸਾਰੇ ਹੀ ਫੁਕਰੇ। ਪਰ ਮੈਂ ਆ ਜਸਪਾਲ ਬਾਈ ਆ, ਮੈਂ ਇਹਨਾਂ ਨੂੰ ਬਹੁਤਾ ਪਰਸਨਲੀ ਨਹੀਂ ਜਾਣਦਾ, ਦੋ ਤਿੰਨ ਵਾਰ ਮਿਲਿਆ। ਇਹਨਾਂ ਨੂੰ ਇਹਨੇ ਪਰਸਨਲੀ ਬਹੁਤ ਗਲਤ ਗੱਲਾਂ ਕਹੀਆਂ, ਜਿਹਦੇ ਕਰਕੇ ਇਹਦਾ ਹੱਕ ਬਣਦਾ, ਫਰਜ਼ ਆ ਉਹਨਾਂ ਤੋਂ, ਗਲਤੀ ਇਕੱਲਿਆਂ ਤੋਂ ਵੀ ਮੰਗੇ। ਬਾਕੀ ਸਾਰਿਆਂ ਨੂੰ ਕਿਹਾ, ਉਹਦੇ ਬਾਰੇ ਅੱਜ ਤੋਂ ਕਹੇ। ਮੈਂ ਅੱਜ ਜ਼ਿਆਦਾ ਕੁਛ ਨਹੀਂ ਬੋਲਦਾ। ਮੈਂ ਆਪਦੇ ਇੱਕ ਇੱਕ ਬੋਲੇ ਹੋਏ ਸ਼ਬਦ ਦੀ ਤੁਹਾਡੇ ਤੋਂ, ਸਾਰੀ ਸੰਗਤ ਤੋਂ ਮਾਫ਼ੀ ਮੰਗਦਾ। ਇਸ ਤੋਂ ਜ਼ਿਆਦਾ ਮੇਰੀ ਹਿੰਮਤ ਵੀ ਹੈ ਨਹੀਂ ਗੀ ਕੁਛ ਬੋਲਣ ਦੀ ਤੁਹਾਡੇ ਅੱਗੇ। ਮੈਂ ਮਾਫ਼ੀ ਮੰਗਦਾ ਤੁਹਾਡੇ ਤੋਂ, ਜੇ ਤੁਸੀਂ ਵੱਡੇ ਆ ਤੁਸੀਂ ਕਰ ਸਕਦੇ ਆ। ਹੈਲੋ, ਹਾਂਜੀ ਬਾਬਾ ਜੀ, ਆਗਿਆਪਾਲ ਜੀ, ਇੱਕ ਸਾਰੀ ਸੰਗਤ ਵੱਲੋਂ ਬੇਨਤੀ ਹੈ ਜੀ, ਸੁਖਜਿੰਦਰ ਸਿੰਘ ਨੂੰ ਇੱਥੇ ਲਿਆਓ ਜੀ। ਕੋਈ ਇੱਥੇ ਕੋਈ ਤੋਪ ਨਹੀਂ ਪੀੜੀ ਵੀ, ਕੋਈ ਕੁਛ ਨਹੀਂ ਇਹਨੂੰ ਕਹਿੰਦਾ, ਅਤੇ ਸਾਰੇ ਇਸ ਚੀਜ਼ ਦਾ ਵਿਚਾਰ ਕਰ ਰਹੇ ਆ ਵੀ ਇੱਕ ਮਿੰਟ ਆਇਆ ਅਤੇ ਬਾਹਰ ਚਲਿਆ ਗਿਆ। ਇਹਨੂੰ ਵਾਪਸ ਲਿਆ ਕੇ ਸਾਡਾ ਸਾਰੇ ਘੋੜੇ ਪ੍ਰੇਮੀਆਂ ਦਾ ਇਕੱਠ ਹੈ ਇਹਦੇ ਵਿੱਚ, ਅਤੇ ਇੱਦਾਂ ਜਾਣਾ ਤਾਂ ਫਿਰ ਕੋਈ ਚੰਗੀ ਗੱਲ ਨਹੀਂ ਲੱਗਦੀ, ਸਾਰੇ ਕਹਿ ਰਹੇ ਆ ਜੀ। ਸੋ ਮਿਹਰਬਾਨੀ ਕਰਕੇ ਇਹਨੂੰ ਇੱਥੇ ਲਿਆਂਦਾ ਜਾਵੇ ਜੀ।